ਆਪਣੇ ਇੰਡੀਆ 'ਚ ਭਰਾਵਾ ਸਾਰੀ ਉਮਰ ਸੰਘਰਸ਼ ਕਰਦੇ ਲੰਘ ਜਾਂਦੀ ਆ। ਕਿੱਦਾਂ? ਪਹਿਲਾਂ ਬੰਦੇ ਦਾ ਨਿਆਣਾ ਨਹੀਂ ਪੜਦਾ, ਜੇ ਨਿਆਣਾ ਪੜਦਾ ਤੇ ਉਹ ਮਾਂ ਨੂੰ ਪੜਾਉਂਦਾ ਪੜਾਉਂਦਾ ਦਸਵੀਂ ਕਰਾਉਂਦਾ ਤੇ ਫਿਰ ਉਹਦਾ ਜਨਮ ਸਰਟੀਫਿਕੇਟ ਨਹੀਂ ਬਣਦਾ, ਉਹ ਗੁਰਦਾਸਪੁਰ ਫੇਰੇ ਮਾਰੋ। ਜੇ ਜਨਮ ਸਰਟੀਫਿਕੇਟ ਬਣਦਾ ਤੇ ਫਿਰ ਉਹਦਾ ਆਧਾਰ ਕਾਰਡ ਨਹੀਂ ਬਣਦਾ, ਫਿਰ ਆਧਾਰ ਕਾਰਡ ਬਣਦਾ ਤੇ ਫਿਰ ਉਹਦਾ ਸ਼ਨਾਖਤੀ ਕਾਰਡ ਨਹੀਂ ਬਣਦਾ, ਉਹ ਬਣਦਾ ਤੇ ਫਿਰ ਉਹਦਾ ਪਾਸਪੋਰਟ ਨਹੀਂ ਬਣਦਾ। ਜੇ ਉਹਦਾ ਪਾਸਪੋਰਟ ਬਣਾਓ ਤੇ ਫਿਰ ਉਹਦਾ ਨਾਂ ਗਲਤ ਆ ਜਾਂਦਾ ਪਾਸਪੋਰਟ 'ਤੇ, ਜੇ ਉਹ ਸਹੀ ਕਰਾਓ ਤੇ ਫਿਰ ਵੀਜ਼ਾ ਨਹੀਂ ਲੱਗਦਾ, ਜੇ ਵੀਜ਼ਾ ਲੱਗਦਾ ਤੇ ਫਿਰ ਇਮੀਗ੍ਰੇਸ਼ਨ ਨਹੀਂ ਹੁੰਦੀ, ਇਮੀਗ੍ਰੇਸ਼ਨ ਹੁੰਦੀ ਤੇ ਫਲੈਟ ਨਹੀਂ ਹੁੰਦੀ, ਫਲੈਟ ਹੁੰਦੀ ਤੇ ਕੰਪਨੀ ਨਹੀਂ ਚੰਗੀ, ਜੇ ਕੰਪਨੀ ਚੰਗੀ ਮਿਲਦੀ ਤੇ ਪੈਸੇ ਨਹੀਂ ਚੰਗੇ, ਜੇ ਪੈਸੇ ਚੰਗੇ ਤੇ ਰੋਟੀ ਨਹੀਂ ਚੰਗੀ, ਅਤੇ ਜੇ ਪੈਸੇ ਚੰਗੇ ਮਿਲਣ ਤੇ ਘਰ ਦੇ ਨਹੀਂ ਸਾਂਭਦੇ, ਪੈਸੇ ਬੁੜੀਆਂ ਸ਼ੋਪੀਆਂ ਸ਼ਾਪੀਆਂ 'ਚ ਡਾਈ ਜਾਂਦੀਆਂ, ਬੰਦਾ ਭਾਵੇਂ ਉੱਥੇ ਮਰ ਜਾਵੇ, ਅਤੇ ਜੇ ਜਨਾਨੀਆਂ ਪੈਸੇ ਸਾਂਭਦੀਆਂ ਤੇ ਫਿਰ ਕੋਈ ਕੋਠੀ ਕਾਠੀ ਪਾ ਲੈਂਦਾ ਤੇ ਫਿਰ ਗੁਆਂਢੀ ਨਹੀਂ ਛੱਡਣ ਵੜਦੇ, ਜੇ ਗੁਆਂਢੀ ਛੱਡਣ ਹਟਦੇ ਤੇ ਰਿਸ਼ਤੇਦਾਰ ਨਹੀਂ ਛੱਡਣ ਹਟਦੇ, ਜੇ ਰਿਸ਼ਤੇਦਾਰ ਛੱਡਣ ਹਟ ਜਾਂਦੇ ਪਿੰਡ ਵਾਲੇ ਨਹੀਂ ਛੱਡਣ ਹਟਦੇ, ਅਤੇ ਜੇ ਕੁੱਲ ਮਿਲਾ ਕੇ ਸਾਰੇ ਸੜਨੋਂ ਵੀ ਹਟ ਜਾਣਾ ਤੇ ਬੰਦੇ ਨੇ ਕੋਠੀ ਕਾਠੀ ਪਾਈ ਹੁੰਦੀ ਤੇ ਉਹ ਸੋਚੀ ਜਾਂਦਾ ਕਿ ਯਾਰ ਮੈਂ ਇੰਨੇ ਪੈਸੇ ਕਮਾਏ ਆ, ਮੇਰੇ ਵੱਲ ਵੇਖ ਕੇ ਕੋਈ ਛੱਡਦਾ ਕਿਉਂ ਨਹੀਂ।